वेलकम टू ऑल ऑफ यू स्वागत है तोरे अपने चैनल एमएसडब्ल्यू स्टडीज और आज की क्लास रहेगी अपनी पंजाबी पेडागोजी दी तो पहले पंजाबी पेडागोजी दी बहुत सारी क्लास बन चुकी हैं एक क्लास तो 10वीं की क्लास हैगी अपनी ਪੰਜਾਬੀ ਪੈਡਾਗੋਜੀ ਦੀ ਪੀਐਸਟੈਟ 2022 ਵਾਸਤੇ ਪੀਐਸਟੈਟ 2022 ਦੋ ਤਰ੍ਹਾਂ ਦਾ ਪੀਐਸਟੈਟ ਹੁੰਦਾ ਠੀਕ ਹੈ ਗੱਲ ਕਰ ਲਈਏ ਪੀਐਸਟੈਟ ਤੁਹਾਡਾ ਪੀਐਸਟੈਟ ਈਟੀਟੀ ਵਾਸਤੇ ਹੁੰਦਾ ਇੱਕ ਠੀਕ ਹੈ ਈਟੀਟੀ ਵਾਲਿਆਂ ਵਾਸਤੇ ਇੱਕ ਪੀਐਸਟੈਟ ਹੁੰਦਾ ਬੀਐਡ ਵਾਲਿਆਂ ਵਾਸਤੇ ਦੋਨੇ ਹੀ ਪੀਐਸਟੈਟ ਚਾਹੀਏ ਪੇਪਰ 1 ਨਾਲ ਚਾਹੀਏ ਪੇਪਰ 2 ਉਹ ਦੋਨਾਂ ਵਾਸਤੇ ਕਲਾਸ ਬਹੁਤ ਇੰਪੋਰਟੈਂਟ ਹੈ ਕਿਉਂਕਿ ਦੋਨਾਂ ਚ ਪੈਡਾਗੋਜੀ ਦੇ ਟੌਪਿਕ ਬਿਲਕੁਲ ਸੇਮ ਹੁੰਦੇ ਆ ਪੰਜਾਬੀ ਪੈਡਾਗੋਜੀ ਦੀ ਅੱਜ ਦੀ ਕਲਾਸ ਦਾ ਫਰਸਟ ਕੁਐਸਚਨ ਕੀ ਹੈ ਕਿ ਉਸ ਅਭਿਆਸ ਕਿਰਿਆ ਨੂੰ ਕੀ ਕਿਹੜੀ ਅਭਿਆਸ ਕਿਰਿਆ ਜਿਦੇ ਵਿੱਚ ਸੁਣਨਾ ਵੀ ਹੁੰਦਾ ਤੇ ਬੋਲਣਾ ਦੋਨੇ ਚੀਜ਼ਾਂ ਦਾ ਬੱਚੇ ਦਾ ਵਿਕਾਸ ਹੁੰਦਾ ਨਾਲੇ ਤਾਂ ਬੱਚੇ ਸੁਣਨੋਂ ਸਿੱਖਿਆ ਦਾ ਨਾਲੇ ਬੋਲਣ ਸਿੱਖਿਆ ਜਾਂਦਾ ਤਾਂ ਉਹ ਪਾਸ ਨੂੰ ਹੁੰਦਾ ਬਹਿਸ ਹੁੰਦੀ ਆ ਬਾਦ ਬਵਾਦ ਹੁੰਦਾ ਰਾਈਟ ਆਨਸਰ ਹੋਊਗਾ ਸੀ ਇਹ ਹੋਗਾ ਬਾਦ ਬਵਾਦ ਬਾਦ ਬਵਾਦ ਦੇਖੋ ਡਿਬੇਟ ਜਿਹਨੂੰ ਆਪਾਂ ਕਹ ਲਈਏ ਦੋ ਬੰਦੇ ਸਾਮੋਹ ਸਾਹਮਣੇ ਬੈਠੇ ਹੁੰਦੇ ਆ ਉਹ ਦੂਸਰੇ ਦੀ ਗੱਲ ਸੁਣਦਾ ਤੇ ਫਿਰ ਉਹਦਾ ਜਵਾਬ ਦਿੰਦਾ ਮੰਨ ਲਓ ਇਹਦੇ ਵਿੱਚ ਜੇ ਕੋਈ ਬੰਦਾ ਦੋ ਬੰਦੇ ਸਾਹਮਣੇ ਡਿਬੇਟ ਚੱਲ ਰਹੀ ਹੈ ਤੁਸੀਂ ਟੀਵੀ ਚੈਨਲ 'ਤੇ ਦੇਖਿਆ ਹੋਣਾ ਠੀਕ ਹੈ ਜੇ ਇੱਕ ਬੰਦਾ ਦੂਸਰੇ ਦੀ ਧਿਆਨ ਨਾਲ ਗੱ ਕਹਿੰਦਾ ਕਿ ਇਸ ਲਈ ਬਾਤ ਬਵਾਦ ਜਾਂ ਡਿਬੇਟ ਜਿਹਨੂੰ ਕਹਿੰਦੇ ਆ ਇਹ ਸੁਣਨ ਤੇ ਬੋਲਣ ਕੌਸ਼ਲ ਦੇ ਵਿਕਾਸ ਲਈ ਬਹੁਤ ਹੀ ਇੰਪੋਰਟੈਂਟ ਹੁੰਦਾ ਹੈ ਆਸ ਹੈ ਕਿ ਸਮਝ ਲੱਗੂ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਨੈਕਸਟ ਹਾਲਦੇ ਆ ਅਗਲੇ ਕਵਚਨ ਤੇ ਸੁਲੇਖ ਦੀ ਜਾਂਚ ਕਿਹੜੀ ਭਾਸ਼ਾ ਪ੍ਰੀਖਿਆ ਦੁਆਰਾ ਸੰਭਵ ਹੈ ਸੁਲੇਖ ਸੁਲੇਖ ਦਾ ਮਤਲਬ ਕੀ ਹੁੰਦਾ ਸੁਲੇਖ ਦਾ ਮਤਲਬ ਹੁੰਦਾ ਸੁੰਦਰ ਲਿਖਣਾ ਸੁੰਦਰ ਲਿਖਿਆਈ ਸੁੰਦਰਤਾ ਦੇ ਵਿੱਚ ਲਿਖਣਾ ਠੀਕ ਹੈ ਤਾਂ ਸੁਲੇਖ ਦਾ ਗਿਆਨ ਕਿਹੜੀ ਭਾਸ਼ਾ ਦੇ ਵਿੱਚ ਪ੍ਰੀਖਿਆ ਦੁਆਰਾ ਸੰਭਵ ਹੈ ਕਿ ਕਿਹੜੀ ਪਾਸ ਅਪ੍ਰੀਖਿਆ ਦੁਆਰਾ ਸੰਭਵ ਹੈ ਲਿਖਣ ਕੌਸ਼ਲ ਦੁਆਰਾ ਬੋਲ ਲਿਖਤ ਦੁਆਰਾ ਜਾਂ ਪੜਨ ਕੌਸ਼ਲ ਦੁਆਰਾ ਜਾਂ ਉਪਰੋਕਤ ਨਹੀਂ ਬਹੁਤ ਸਾਰੇ ਆਨਸਰ ਕਰਨੇ ਕਿ ਲਿਖਣ ਕੌਸ਼ਲ ਲਿਖਣ ਕੌਸ਼ਲ ਦੁਆਰਾ ਨਹੀਂ ਕਿਉਂਕਿ ਸਲੇਖ ਦਾ ਮਤਲਬ ਬੈਸੀ ਤਾਂ ਹੁੰਦਾ ਸੋਹਣਾ ਲਿਖਣਾ ਸੁੰਦਰ ਲਿਖਾਈ ਪਰ ਇੱਥੇ ਰਾਈਟ ਆਨਸਰ ਹੋਗਾ ਬੀ ਬੋਲ ਲਿਖਤ ਬੋਲ ਲਿਖਤ ਪਹਿਲਾਂ ਕੋਈ ਬੋਲਦਾ ਤੇ ਉਹਦੋਂ ਕੋਈ ਲਿਖਦਾ ਉਹਨੂੰ ਸੁਣ ਕੇ ਠੀਕ ਹੈ ਤਾਂ ਬੋਲ ਲਿਖਤ ਦੁਆਰਾ ਕੀ ਹੈ ਸਲੇਖ ਦੀ ਜਾਂਚ ਦੀਪਾਸ਼ਾ ਪ੍ਰੀਖਿਆ ਬਧੇਰੇ ਸੰਭਵ ਹੁੰਦੀ ਹੈ ਰਾਈਟ ਆਨਸਰ ਬੀ ਹੋਏਗਾ ਚਲੋ ਅਗਲਾ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਤੁਸੀਂ ਦੇਖ ਸਕਦੇ ਹੋ ਕਿ ਮੰਦ ਬੁੱਧੀ ਵਾਲੇ ਬੱਚਿਆਂ ਨੂੰ ਪਾਠ ਕਿਹੜੀ ਵਿਧੀ ਦੁਆਰਾ ਆਸਾਨੀ ਨਾਲ ਸਮਝਾਇਆ ਜਾ ਸਕਦਾ ਹੈ ਮੰਦ ਬੁੱਧੀ ਵਾਲੇ ਬੱਚੋ ਹੋ ਹੁੰਦੇ ਨੇ ਜਿਹੜੇ ਕਿ ਸਿਰਫ ਬੋਲ ਨਹੀਂ ਸਕਦੇ ਜਿਨ੍ਹਾਂ ਨੂੰ ਬੋਲਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਇਹਨਾਂ ਤੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਮੰਦ ਬੁੱਧੀ ਵਾਲੇ ਬੱਚੇ ਬੋਲਣ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਸੁਣਦਾ ਵੀ ਹੁੰਦਾ ਉਹਨਾਂ ਨੂੰ ਦੇਖਦਾ ਵੀ ਹੁੰਦਾ ਠੀਕ ਹੈ ਇਹ ਚੀਜ਼ ਨੂੰ ਤੁਸੀਂ ਧਿਆਨ ਚ ਰੱਖਿਆ ਕਰੋ ਤਾਂ ਇਹਦਾ ਰਾਈਟ ਆਨਸਰ ਕੀ ਹੋ ਗਿਆ ਤਾਂ ਦੇਖਣ ਸੁਣਨ ਦੇ ਸਾਧਨਾਂ ਰਾਹੀਂ ਮੰਦ ਬੁੱਧੀ ਵਾਲੇ ਬੱਚਿਆਂ ਨੂੰ ਪਾਠ ਕਿਹੜੀ ਵਿਧੀ ਦੁਆਰਾ ਆਸਾਨੀ ਨਾਲ ਸਮਝਾਇਆ ਦੇਖਣ ਸੁਣਨ ਦੇ ਸਾਧਨਾਂ ਰਾਹੀਂ ਪੜਨ ਦੇ ਸਾਧਨਾਂ ਰਾਹੀਂ ਜਾਂ ਸੁਣਨ ਦੇ ਸਾਧਨਾਂ ਰਾਹੀਂ ਜਾਂ ਉਪਰੋਕਤ ਕੋਈ ਨਹੀਂ ਰਾਈਟ ਆਨਸਰ ਹੋ ਗਿਆ A ਕਿਉਂਕਿ ਉਹ ਦੇਖ ਵੀ ਸਕਦੇ ਐ ਤੇ ਉਹ आ, सुन भी सकते हैं इसलिए राइट आंसर ए होएगा ठीक है तब सिर्फ बोलने प्रॉब्लम होंगी मंद बुद्धि चलो जी अगला नैक्सट क्वेश्चन नैसट क्वेश्चन से है और चैनल फर्स्ट टाइम चैनल कर लो बैल एक बटन दब लो और एक बार चीज दस दें मेन चीज की है कि जे चैनल से पहली बार जुड़े हो तो डेली दो बजे लाइव क्लास होंगी अपनी डेली दो बजे लाइव क्लास जी कह एस एस टी की क्लास हम बी एड एस एस टी की क्लास डेली दो बजे लगभग जियो दिन क्लासा चल दी लगभग बहुत सारिया क्लासा बनिया

ਦੂਰ ਵਰਤੀ ਸਿੱਖਿਆ ਦੇ ਬਾਰੇ ਹੇਠ ਲਿਖਿਆਂ ਵਿੱਚੋਂ ਦੂਰ ਵਰਤੀ ਸਿੱਖਿਆ ਦੇ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਪ੍ਰਮਾਣ ਪੱਤਰ ਦੀ ਵਿਵਸਥਾ ਆਮਨੇ ਸਾਹਮਨੇ ਦੀ ਸੰਬੰਧਿਤ ਆਪਸੀ ਕਾਰਜਾਂ ਦਾ ਕਰਮ ਆਪਸੀ ਕਾਰਜ ਕਰਮਾਂ ਦਾ ਹੋਣਾ ਜਾਂ ਪ੍ਰੀਖਿਆ ਦੀ ਵਿਵਸਥਾ ਠੀਕ ਹੈ ਦੂਰ ਵਰਤੀ ਸਿੱਖਿਆ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਤਾਂ ਰਾਈਟ ਆਨਸਰ ਹੈ ਅਮਨੇ ਸਾਹਮਨੇ ਦੀ ਠੀਕ ਹੈ ਅਮਨੇ ਸਾਹਮਨੇ ਦੀ ਸੁਤੰਤ ਵਿਵਸਥਾ ਅਗਲਾ ਨੈਕਸਟ ਕੁਐਸਚਨ ਨੈਕਸਟ ਕੁਐਸਚਨ 30 ਸਕਰੀਨ ਤੇ ਕਿ ਅਧਿਆਪਨ ਕਿਹੜੀ ਸਥਿਤੀ ਵਿੱਚ ਕੀਤਾ ਜਾਂਦਾ ਹੈ ਅਧਿਆਪਨ ਕਿਹੜੀ ਸਥਿਤੀ ਵਿੱਚ ਕੀਤਾ ਜਾਂਦਾ ਹੈ ਰਸਮੀ ਸਥਿਤੀ ਵਿੱਚ ਵਿਸ਼ੇਸ਼ ਸਥਿਤੀ ਵਿੱਚ ਗੈਰ ਰਸਮੀ ਸਥਿਤੀ ਵਿੱਚ ਜਾਂ ਉਪਰੋਕਤ ਕੋਈ ਨਹੀਂ ਤਾਂ ਅਧਿਆਪਨ ਹੁੰਦਾ ਰਸਮੀ ਸਥਿਤੀ ਚ ਬਹੁਤ ਵਾਰੀ ਇਹ ਕੁਐਸਚਨ ਆਪਾਂ ਕਰ ਚੁੱਕੇ ਹਾਂ ਕਿ ਅਧਿਆਪਕ ਨਿਜ਼ਮਾ ਤੇ ਰਸਮਾਂ ਦੇ ਵਿੱਚ ਅਧਿਆਪਨ ਹੁੰਦਾ ਤਾਂ ਅਗਲਾ ਕੁਐਸਚਨ ਨੈਕਸਟ ਕੁਐਸਚਨ ਹੈ ਕਿ ਅਧਿਆਪਨ ਸਿੱਖਿਆ ਪ੍ਰਣਾਲੀ ਦਾ ਮੱਧਕੁਮ ਤੱਤ ਕਿਹੜਾ ਹੈ ਅਧਿਆਪਨ ਸਿੱਖਿਆ ਪ੍ਰਣਾਲੀ ਦਾ ਮੱਧਕੁਮ ਤੱਤ ਕਿ ਹੈ ਪੁਸਤਕਾਂ ਵਿਦਿਆਰਥੀ ਪਾਠਕ੍ਰਮ ਔਰ ਪ੍ਰੀਖਿਆਵਾਂ ਠੀਕ ਹੈ ਅਧਿਆਪਨ ਸਿੱਖਿਆ ਪ੍ਰਣਾਲੀ ਦਾ ਮੱਧਕੁਮ ਤੱਤ ਕੀ ਹੈਗਾ ਵਿਦਿਆਰਥੀ ਠੀਕ ਹੈ ਕਿਉਂਕਿ ਵਿਦਿਆਰਥੀ ਨੂੰ ਹੀ ਅਸੀਂ ਕੇਂਦਰ ਬਿੰਦੂ ਰੱਖਣਾ ਹੈ ਜੇਕਰ ਅਸੀਂ ਪੈਡਾਗੋਜੀ ਜਾਂ ਸਾਈਕੋਲੋਜੀ ਪੜ੍ਹੇ ਅਗਲਾ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਕਿ ਬੱਚੇ ਦੇ ਜੀਵਨ ਦੇ ਬਹੁਤੇ ਕੰਮ ਭਾਸ਼ਾ ਦੇ ਕਿਹੜੇ ਕੌਸ਼ਲ ਦੁਆਰਾ ਸਪੂਰਨ ਹੁੰਦੇ ਆ? ਤੁਹਾਨੂੰ ਵੀਡੀਓ ਨੂੰ ਥੋੜਾ ਪੋਜ਼ ਕਰਕੇ ਆਪ ਵੀ ਆਨਸਰ ਸੋਚਣਾ, ਆਨਸਰ ਸੋਚ ਕੇ ਤੁਸੀਂ ਕਮੈਂਟ ਜਰੂਰ ਕਰਕੇ ਦੇਖਣਾ ਕਿ ਤੁਹਾਡਾ ਆਨਸਰ ਸਹੀ ਹੈ ਜਾਂ ਗਲਤ ਹੈ। ਬੱਚੇ ਦੇ ਜੀਵਨ ਦੇ ਬਹੁਤੇ ਕੰਮ ਕਿਹੜੇ ਕੌਸ਼ਲ ਦੁਆਰਾ ਸਪੂਰਨ ਹੁੰਦੇ ਆ? ਲਿਖਤੀ ਕੌਸ਼ਲ ਦੁਆਰਾ ਕੀ ਬੱਚਾ ਸਾਰਾ ਦਿਨ ਲਿਖਦਾ ਰਹਿੰਦਾ? ਨਹੀਂ। ਬਾਚਨ ਕੌਸ਼ਲ ਦੁਆਰਾ ਕੀ ਸਾਰਾ ਦਿਨ ਪੜ੍ਹਦਾ ਰਹਿੰਦਾ? ਨਹੀਂ। ਮੌਖਿਕ ਕੌਸ਼ਲ ਦੁਆਰਾ ਜਾਂ ਸੁਣਨ ਤੇ ਸਮਝਣ ਕੌਸ਼ਲ ਦੁਆਰਾ ਕੀ ਸਾਰਾ ਦਿਨ ਸੁਣਦਾ ਤੇ ਸਮਝਦਾ ਹੀ ਰਹਿੰਦਾ? ਨਹੀਂ। ਦਾ ਮੌਖਿਕ ਕੌਸ਼ਲ ਸਾਰੇ ਦਿਨ ਬੋਲਣ ਦੁਆਰਾ ਉਹਦੇ ਕੰਮ ਦੁਆਰਾ ਪੂਰੇ ਹੁੰਦੇ ਨੇ ਠੀਕ ਹੈ ਰਾਈਟ ਆਨਸਰ ਇਸ ਦਾ ਸੀ ਹੋਏਗਾ ਆਗਲਾ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਤੁਸੀਂ ਦੇਖ ਸਕਦੇ ਹੋ ਕਿ ਭਾਸ਼ਾ ਦੇ ਦੋ ਮੁੱਖ ਰੂਪ ਕਿਹੜੇ ਆ ਲਿਖਤੀ ਤੇ ਮੌਖਿਕ ਸੁਣਨਾ ਤੇ ਪੜ੍ਹਨਾ ਸੁਣਨਾ ਤੇ ਲਿਖਣਾ ਦੋ ਮੁੱਖ ਰੂਪ ਕਿਹੜੇ ਆ ਭਾਸ਼ਾ ਦੇ ਠੀਕ ਹੈ ਰਾਈਟ ਆਨਸਰ ਇਸ ਦਾ ਕੀ ਹੋਏਗਾ ਦੋ ਮੁੱਖ ਰੂਪ ਭਾਸ਼ਾ ਦੇ ਲਿਖਤੀ ਤੇ ਮੌਖਿਕ ਹੋ ਗਿਆ ਜਾਂ ਸੁਣਨਾ ਤੇ ਪੜ੍ਹਨਾ ਹੋ ਗਿਆ ਜਾਂ ਸੁਣਨਾ ਤੇ ਲਿਖਣਾ ਹੋ ਗਿਆ ਠੀਕ ਹੈ ਇਸ ਦਾ ਜਿਹੜਾ ਰਾਈਟ ਆਨਸਰ ਹੋਗਾ ए, लिखती क्योंकि ज्यादातर भाषा के जो मुखी मुख्य रूप ने लिखती मौखिक है जो आप बोलते हैं या लिखते हैं ठीक है चलो जी अगे नैक्सट अगला क्वेश्चन अगला क्वेश्चन की कंप्यूटर की सहायता भाषा सिक्ख्या संबंधित ਕੰਪਿਊਟਰ ਦੀ ਸਹਾਇਤਾ ਨਾਲ ਪਾਠਸ਼ਾ ਸਿੱਖਿਆ ਨਾਲ ਸੰਬੰਧਿਤ ਸਮਗਰੀ ਹੇਠ ਲਿਖਿਆਂ ਵਿੱਚੋਂ ਕਿਸ ਦੁਆਰਾ ਤਿਆਰ ਕੀਤੀ ਜਾਂਦੀ ਹੈ 카ਰਟੂਨ ਚਾਰਟ ਗ੍ਰਾਫ ਉਪਰੋਕਤ ਠੀਕ ਹੈ ਤਾਂ ਕੰਪਿਊਟਰ ਨਾਲ ਸਾਰਾ ਕੁਝ ਹੀ ਤਿਆਰ ਕੀਤਾ ਜਾਂਦਾ ਹੈ ਕਿੰਦਾ ਮਤਲਬ ਉਪਰੋਕਤ ਸਾਰੇ ਆਏਗਾ 카ਰਟੂਨ ਵੀ ਅਸੀਂ ਕੰਪਿਊਟਰ ਦੀ ਸਹਾਇਤਾ ਨਾਲ ਤਿਆਰ ਕਰਦੇ ਹਾਂ ਚਾਰਟ ਵੀ ਗ੍ਰਾਫ ਵੀ ਅਗਲਾ ਨੈਕਸਟ ਕੁਚਨ ਨੈਕਸਟ ਕੁਚਨ ਤੁਹਾਡੀ ਸਕਰੀਨ ਤੇ ਹੈ ਕਿ ਹੁਣ ਤੱਕ ਵਿਚਾਰਾਂ ਨੂੰ ਕਿਸ ਰਾਹੀਂ ਸੰਭਾਲਿਆ ਜਾ ਸਕਦਾ ਸੀ ਜਿਹੜੇ ਆਪਣੇ ਵਿਚਾਰ ਸੀ ਸਾਨੂੰ ਪੀਰ ਲੈਕਚਰ ਦੇ ਵਿੱਚ ਜਿਹੜੀ ਆਪਣੀ ਕਲਾਸ ਕੱਲ ਕੀਤੀ ਸੀ ਆ ਭਾਸ਼ਾ ਦੀ ਪ੍ਰਕਿਰਤੀ ਤੇ ਭਾਸ਼ਾ ਦੀ ਉਤਪਤੀ ਉਹਦੇ ਵਿੱਚ ਤੁਹਾਨੂੰ ਸਮਝਾਇਆ ਸੀ ਭਾਸ਼ਾ ਦੇ ਸਿਧਾਂਤਾਂ ਬਾਰੇ ਕਿ ਹੁਣ ਤੱਕ ਜਿਹੜੇ ਵਿਚਾਰੋਂ ਕਿਵੇਂ ਸੰਭਾਲੇ ਗਏ ਆ ਤਾਂ ਰਾਈਟ ਅਨਸਰ ਗਿਆ ਸੀ ਲਿਪੀ ਦੁਆਰਾ ਕਿਉਂਕਿ ਪਹਿਲਾਂ ਕੁਝ ਨਹੀਂ ਹੁੰਦਾ ਸੀ ਪਹਿਲਾਂ ਲਿਪੀ ਹੁੰਦੀ ਸੀ ਲਿਪੀ ਦੁਆਰਾ ਹੀ ਵਿਚਾਰਾਂ ਨੂੰ ਲਿਖ ਕੇ ਸੰਭਾਲਿਆ ਗਿਆ ਅਗਲਾ ਨੈਕਸਟ ਕਵੈਸਚਨ ਨੈਕਸਟ ਕਵੈਸਚਨ ਤੁਹਾਡੀ ਸਕਰੀਨ ਤੇ ਕਿ ਪੰਜਾਬੀ ਭਾਸ਼ਾ ਕੀ ਮੰਨਿਆ ਜਾਂਦਾ ਹੈ ਖੇਤੀ ਭਾਸ਼ਾ ਉਪ ਭਾਸ਼ਾ ਜਾਂ ਰਾਸ਼ਟਰੀ ਭਾਸ਼ਾ या कोई नहीं राष्ट्रीय भाषा हिंदी है ठीक है उप नहीं कह सकते उपभाषा पवानी आ गई मलवाई आ गई माझी आ गई ठीक है पोठुआरी आ गई उप भाषावा हो गए आंसर की हो गया है खेतरी भाषा तो पाबी भाषा की है खेती भाषा ठीक है जिम्मे कन्नड़ तमिल तेलगू यह सारिया खेती भाषावान ने चलो जी अगला नैक्ट क्वेश्चन नैक्ट क्वेश्चन तो स्क्रीन देर सिक्ख्या उत्तम विधि केड़ी है व्याहकरण सीखने ला व्याकरण सिक्ख्या उत्तम विधि के प्रश्नोत्तर विधि आगमन निगम विधि या व्याख्या विधि या कोई नहीं राइट आंसर सी देखो आगमन निगमन विधि होंगी है जिंदर उदाहरण देख चीजा समझाई जाए ठीक है तो फिर निजम बनाए जाते हैं तो आगमन निगमन विधि या निगमन आगमन विधि भी कह सकते हैं तो यह विधि जी व्याकरण सिक्ख्या के लिए उत्तम मनी जाती है अगला नैक्सट क्वेश्चन नैक्सट क्वेश्चन है कि हेठ लिखा पेड़ा पाठ पुस्तक का गुण नहीं है पाठ पुस्तकों का की गुण नहीं की पाठ पुस्तक शुभता होंगी है ਕਰਮਵੱਤਾ ਹੁੰਦੀ ਹੈ ਕਰਮਵੱਤਾ ਹੁੰਦੀ ਹੈ ਦੇਖੋ ਪਹਿਲਾ ਲੈਸਨ ਦੂਜਾ ਲੈਸਨ ਇਸ ਤਰ੍ਹਾਂ ਕਰਮ ਤਰਤੀਬ ਬਣਾਏ ਹੁੰਦੇ ਆ ਉਦੇਸ਼ਪੂਰਨ ਹੁੰਦੀਆਂ ਹਾਂ ਉਹਨਾਂ ਚ ਅਦੇਸ਼ਪੂਰਨਤਾ ਹੁੰਦੀ ਹੈ ਟਕਮਾਪਨ ਵੀ ਹੁੰਦਾ ਇਹ ਵੀ ਸਹੀ ਹੈ ਇਹ ਵੀ ਸਹੀ ਹੈ ਇਹ ਵੀ ਸਹੀ ਹੈ ਇਹਨਾਂ ਨੂੰ ਪੁੱਛਿਆ ਗੁਣ ਨਹੀਂ ਗਲਤ ਕਿਹੜਾ ਹੈ ਰਾਈਟ ਆਨਸਰ ਹੈ ਏ ਏ ਇਸ ਦਾ ਗਲਤ ਆਨਸਰ ਹੋਏਗਾ ਠੀਕ ਹੈ ਏ ਇਸ ਦਾ ਗੁਣ ਨਹੀਂ ਹੈ ਅਸ਼ੁੱਧਤਾ ਨਹੀਂ ਹੁੰਦੀ ਜੇ ਕਿਤਾਬ ਦੇ ਵਿੱਚ ਅਸ਼ੁੱਧਤਾ ਗਲਤੀਆਂ ਨੇ ਤਾਂ ਉਹ ਕਿਤਾਬ ਬੱਚੇ ਦੇ ਵਿਕਾਸ ਲਈ ਸਹੀ ਨਹੀਂ ਹੈਗੀ ਆਲਾ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈ ਬਾਲ ਸਹਿਤ ਕਿਹੋ ਜਿਹਾ ਹੋਣਾ ਚਾਹੀਦਾ ਸਸਤਾ ਹੋਣਾ ਚਾਹੀ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਠੀਕ ਹੈ ਉਹ ਹੋਣਾ ਚਾਹੀਦਾ ਹੈ ਡੀ ਉਹ ਸਾਰੂ ਤੇ ਰਚਨਾਤਮਕ ਹੋਣਾ ਚਾਹੀਦਾ ਸਸਤਾ ਮਹਿੰਗਾ ਔਰ ਸਮੇਂ ਅਨੁਸਾਰ ਇਸ ਦਾ ਕੋਈ ਮਤਲਬ ਨਹੀਂ ਚਲੋ ਜੀ ਅਗੇ ਨੈਕਸਟ ਨੈਕਸਟ ਕੁਸਚਨ ਤੁਹਾਡੀ ਸਕਰੀਨ ਤੇ ਹੈ ਬਾਲ ਸਹਿਤ ਦਾ ਅਦੇਸ਼ ਕੀ ਹੈ ਬਾਲ ਸਹਿਤ ਬੱਚੇ ਦੇ ਮਨਪਚਾਵੇ ਵਾਸਤੇ ਹੁੰਦਾ ਹੈ ਟਾਈਮ ਪਾਸ ਵਾਸਤੇ ਹੁੰਦਾ ਹੈ ਜਾਂ ਬੱਚੇ ਵਿੱਚ ਕੇਵਲ ਦੇਖੋ ਮੈਂ ਤੁਹਾਨੂੰ ਬਾਰ ਬਾਰ ਸੀ ਜਿੱਥੇ ਕੇਵਲ ਸ਼ਬਦ ਆ ਗਿਆ ਨਾ ਕੇਵਲ ਤਾਂ ਉਹ ਤਾਂ ਆਨਸਰ ਹੋ ਹੀ ਨਹੀਂ ਸਕਦਾ ਬੱਚੇ ਵਾਸਤੇ ਕੇਵਲ ਸ਼ਬਦ ਆਪਾਂ ਵਰਤ ਹੀ ਨਹੀਂ ਸਕਦੇ ਠੀਕ ਹੈ ਇਹ ਥੋੜੀ ਜਿਹੀ ਬੱਚੇ ਨੂੰ ਕੱਲਾ ਖਾਣਾ ਪੀਣਾ ਸਿਖਾ ਦਿਓ ਇਹ ਥੋੜੀ ਜਿਹੀ ਬੱਚੇ ਨੂੰ ਕੱਲਾ ਪੀਣਾ ਸਿਖਾ ਦਿਓ ਇਹ ਥੋੜੀ ਜਿਹੀ ਬੱਚੇ ਨੂੰ ਕੱਲਾ ਖੇਡਣਾ ਸਿਖਾ ਦਿਓ ਬੱਚੇ ਦਾ ਸਰਪੱਖੀ ਵਿਕਾਸ ਚਾਹੀਦਾ ਆਪਾਂ ਨੂੰ ਠੀਕ ਹੈ ਕੇਵਲ ਸ਼ਬਦ ਦਾ ਆਨਸਰ ਕਦੇ ਨਹੀਂ ਹੋ ਸਕਦਾ ਇਹ ਨਹੀਂ ਹੈਗਾ ਇਹ ਨਹੀਂ ਹੈਗਾ ਇਹ ਨਹੀਂ ਹੈਗਾ ਤਾਂ ਬੱਚੇ ਦੀ ਪ੍ਰਤੀ ਬਾਦਾ ਸਰਪੱਖੀ ਵਿਕਾਸ ਹੋਣਾ ਚਾਹੀਦਾ ਰਾਈਟ ਆਨਸਰ ਇਹਦਾ ਡੀ ਹੋਏਗਾ ਡੀ ਆਨਸਰ ਬਿਲਕੁਲ ਰਾਈਟ ਹੋਏਗਾ ਠੀਕ ਹੈ ਆਸਾ ਸਮਝ ਲੱਗੀ ਹੋ ਤੂੰ ਨੈਕਸਟ ਕੁਐਸਚਨ ਚੱਲਦੇ ਹਾਂ अगले सोलह नंबर क्वेश्चन है कि बाल साहित्य का आदेश की है बाल साहित्य की देश है सृजनात्मक शक्ति का विकास करना देश प्यार भावना का आत्म विश्वास का सारे गुण तो यह सारे गुण ही हो गए बाल साहित्य मतलब ही है कि सारे गुण बच्चे पैदा किए जाए सृजनात्मक शक्ति तुझ रचना सिखे क्रिएटिविटी करे देश प्यार भी होना चाहिए आत्म विश्वास भी उस होना चाहिए राइट आंसर डी अगला नैक्ट क्वेश्चन नैक्सट क्वेश्चन स्क्रीन देख सकते हो बाल साहित्य के पिछड़ेपन कारण है कि बाल साहित्य हूँ एट ए टाइम पिछड़ गया जो पिछड़ापन की है बाल साहित्य घट्ट मिल ਦਾ ਕੀ ਕਾਰਨ ਹੈ ਤਾਂ ਉਸ ਦਾ ਕੀ ਕਾਰਨ ਹੈ ਕਹਿੰਦੇ ਘੱਟ ਗਿਣਤੀ ਵਿੱਚ ਛਿਪਵਾਈ ਹੁੰਦੀ ਹੈ ਬਾਲ ਸੈਤ ਦੇ ਰਸਾਲੇ ਜਾਂ ਕੁਝ ਚੀਜ਼ਾਂ ਨਹੀਂ ਛਪਦੀਆਂ ਮਹਿੰਗਾ ਹੋ ਗਿਆ ਬਾਲ ਸੈਤ ਜਾਂ ਮਾਪਿਆਂ ਦੀ ਅਗਿਆਨਤਾ ਹੋ ਗਈ ਜਾਂ ਇਹ ਸਾਰੇ ਕਾਰਨ ਤਾਂ ਇਹ ਸਾਰੇ ਕਾਰਨ ਹੀ ਮੰਨੇ ਜਾਣਗੇ ਠੀਕ ਹੈ ਸਾਰੇ ਕਾਰਨ ਹੀ ਮੰਨੇ ਜਾਣਗੇ ਅਗਲਾ ਨੈਕਸਟ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਤੇ ਕਿ ਬਾਲ ਸੈਤ ਦਾ ਪਛੜਿਆ ਪੰਨ ਕਿਵੇਂ ਦੂਰ ਕੀਤਾ ਜਾ ਸਕਦਾ ਹੁਣ ਬਾਲ ਸੈਤ ਦਾ ਜਿਹੜਾ ਪਛੜਿਆ ਪਾਣਾ ਬਾਲ ਸੈਤ ਪਿੱਛੇ ਰਹਿ ਚੁੱਕਿਆ ਠੀਕ ਹੈ ਅੱਜ ਕੱਲ ਬਾਲ ਸੈਤ ਦੀ ਮੰ ਲੋ ਕਮੀ ਪੈ ਚੁੱਕੀ ਹੈ ਤਾਂ ਉਹ ਕਿਵੇਂ ਦੂਰ ਕੀਤਾ ਜਾ ਸਕਦਾ ਲੇਕਾ ਨੂੰ ਮਾਲੀ ਸਹਾਇਤਾ ਦੇ ਕੇ ਠੀਕ ਹੈ ਤੋਂ ਉਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਕਿਉਂਕਿ ਹਰ ਇੱਕ ਇਨਸਾਨ ਦੇ ਲਈ ਆਪਣਾ ਘਰ ਦਾ ਗੁਜ਼ਾਰਾ ਚਲਾਉਣਾ ਜ਼ਰੂਰੀ ਹੈ ਠੀਕ ਹੈ ਜੇ ਇਕੱਲੇ ਲੇਖਕ ਸਿਰਫ ਬਾਲ ਸਹਾਇਤ ਤੇ ਬੈਠੇ ਨੇ ਤਾਂ ਉਹਨਾਂ ਦੇ ਪਤੀ ਉਹਨਾਂ ਦੇ ਪਰਿਵਾਰ ਵੀ ਹੈ ਪਤਨੀ ਵੀ ਹੈ ਤਾਂ ਉਹਦੇ ਘਰ ਦਾ ਗੁਜ਼ਾਰਾ ਵੀ ਚਲਾਉਣਗੇ ਉਹਨਾਂ ਨੂੰ ਮਾਲਾ ਮੋਟਾ ਕਿਸੇ ਦਾ ਸਰਵੇਨੂ ਵੀ ਆਉਣਾ ਚਾਹੀਦਾ ਤੇ ਇਸ ਲਈ ਉਹਨਾਂ ਨੂੰ ਅਸੀਂ ਮਾਲੀ ਸਹਾਇਤਾ ਦੇ ਕੇ ਉਹਨਾਂ ਤੋਂ ਬਾਲ ਸਹਾਇਤ ਲਿਖਵਾ ਸਕਦੇ ਹਾਂ ਔਰ ਬੱਚਿਆਂ ਵਿੱਚ ਮੁਕਾਬਲੇ ਕਰਵਾਉਣ ਨਾਲ ਜਾਂ ਲਾਇਬ੍ਰੇਰੀ ਨੂੰ ਵਿਕਸਿਤ ਕਰਨ ਨਾਲ ਤਾਂ ਰਾਈਟ ਆਨਸਰ ਇਹਦਾ ਡੀ ਹੋਏਗਾ ਇਹ ਸਾਰਾ ਕੁਝ ਆਗਲਾ ਨੈਕਸਟ ਕੁਚਨ ਨੈਕਸਟ ਕੁਚਨ ਤੁਹਾਡੀ ਸਕਰੀਨ ਤੇ ਕਿ ਬੱਚੇ ਵਿੱਚ ਲਿਖਤ ਰਚਨਾ ਦੇ ਗੁਣਾਂ ਨੂੰ ਵਿਕਸਿਤ ਕਰਨ ਲਈ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ ਬੱਚੇ ਵਿੱਚ ਲਿਖਤ ਰਚਨਾ ਦੇ ਗੁਣਾਂ ਨੂੰ ਵਿਕਸਿਤ ਕਰਨ ਲਈ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ ਕਾਲੇ ਫੱਟੇ ਦੀ ਬੱਚੇ ਨੂੰ ਵਰਤੋਂ ਕਰਨ ਲਈ ਦੇਣੀ ਬੱਚੇ ਨੂੰ ਟੇੜੀਆਂ ਮੇਡੀਆਂ ਲਿਖੀ ਰਾਮ ਕਰਨ ਲਈ ਛੋਟ ਦੇਣੀ ਰੰਗਦਾਰ ਤਸਵੀਰਾਂ ਤੇ ਚਾਰਟ ਉੱਪਰ ਰੰਗ ਲਿਖਣਾ ਠੀਕ ਹੈ ਤਾਂ ਇਹ ਰਾਈਟ ਆਨਸਰ ਬੀ ਹੋਏਗਾ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਜ਼ਰੂਰੀ ਨੇ ਤਾਂ ਕਿ ਬੱਚੇ ਦੀ ਲਿਖਤ ਵਿੱਚ ਸੁਧਾਰ ਹੋਵੇ ਤੇ ਉਂਗਲੀਆਂ ਦੀ ਪਕੜ ਬੱਝੇ ਠੀਕ ਹੈ ਉਹ ਸਹੀ ਤਰ੍ਹਾਂ ਲਿਖਣਾ ਸਿੱਖ ਜੇ ਠੀਕ ਹੈ ਚਲੋ ਜੀ ਅੱਗੇ ਅਨੈਕਸਟ ਕੁਐਸਚਨ ਜਿਹੜਾ ਤੁਸੀਂ ਦੇਖਦੇ ਹੋ ਇਸ ਕੁਐਸਚਨ ਦੇ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਇਸ ਕੁਐਸਚਨ ਦਾ ਤੁਸੀਂ ਆਨਸਰ ਵੀ ਕਰ ਸਕਦੇ ਹੋ ਤਾਂ ਆਪਣਾ ਪੀਐਸਟੀ ਦਾ ਜਿਹੜਾ ਕੋਰਸ ਆ ਤੁਸੀਂ ਇਹ ਕੋਰਸ ਦੇ ਲੈ ਸਕਦੇ ਹੋ ਜਿਹੜਾ ਕਿ ਪੇਡ ਕੋਰਸ ਹੈਗਾ ਇਸ ਕੋਰਸ ਦੇ ਵਿੱਚ ਤੁਹਾਨੂੰ ਲਗਭਗ ਸਾਰਾ ਹੀ ਜਿਹੜਾ ਮਟੀਰੀਅਲ ਜਿਆਦਾ ਮਿਲ ਜਾਏਗਾ ਠੀਕ ਹੈ ਅ ਐਸਐਸਟੀ ਵਾਲਿਆਂ ਵਾਸਤੇ ਜਿਹੜਾ ਪੰਜਾਬੀ ਪੈਡਾਗੋਜੀ ਉਸ ਦੇ ਵਿੱਚ ਹੀ ਸਾਰੀ ਕੁਝ ਹੋਏਗੀ ਠੀਕ ਹੈ ਥਿਉਰੀ ਵਿੱਚ ਕਲਾਸਾਂ ਹੋਣਗੀਆਂ ਔਰ ਐਸਐਸਟੀ ਦਾ ਫੁੱਲ ਕੋਰਸ ਸਿਰਫ 2000 ਦਾ ਕੋਰਸ ਜੀ ਤੇ ਤੁਹਾਨੂੰ ਲਗਭਗ 60% ਡਿਸਕਾਊਂਟ ਦਿੱਤਾ ਹੋਇਆ ਠੀਕ ਆਉਣ ਵਾਲੇ ਦਿਨ ਮਹਿੰਗਾ ਹੋ ਜਾਏਗਾ ਤੇ ਇਸ ਕੋਰਸ ਨੂੰ ਜਿਹੜਾ ਤੁਸੀਂ ਪਰਚੇਜ ਕਰ ਸਕਦੇ ਹੋ ਆਪਣੇ ਐਪ MSW ਸਟਡੀ ਤੋਂ MSW ਸਟਡੀ ਐਪ ਆਪਣਾ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ نیچے ਆਪਣਾ ਨੰਬਰ ਹੈ 98777315752 ਇਸ ਨੰਬਰ ਤੇ ਜਾ ਕੇ ਤੁਸੀਂ WhatsApp ਪੈਸੇ ਵਿੱਚ ਜਾਂ ਕਾਲ ਰਾਹੀਂ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਇਸ ਕੋਰਸ ਦੇ ਵਿੱਚ ਤੁਹਾਨੂੰ ਕੀ ਮਿਲੂਗਾ ਉੱਥੇ ਦੋ ਡੈਮੋ ਕਲਾਸਾਂ ਦਿੱਤੀਆਂ ਦੋਨੇ ਡੈਮੋ ਕਲਾਸਾਂ ਦੇਖੋ ਜੇਕਰ ਕੋਰਸ ਵਧੀਆ ਲੱਗੇ ਪਰਚੇਸ ਕਰੋ ਤੇ ਇਸ ਕੋਰਸ ਵਿੱਚ ਤੁਹਾਨੂੰ ਮਿਲਣ ਕੀ ਜਾ ਰਿਹਾ ਜਿਹੜਾ 2000 ਵਾਲਾ ਕੋਰਸ ਹੈ ਐਸਐਸਟੀ ਦਾ ਇਹਦੇ ਵਿੱਚ ਤੁਹਾਨੂੰ ਸਾਰੀ ਸਾਈਕੋਲੋਜੀ ਕਵਰ ਹੋਏਗੀ 30 ਅੰਕਾਂ ਦੀ ਸਾਈਕੋਲੋਜੀ 30 ਅੰਕਾਂ ਦੀ ਥੋੜੀ ਇੰਗਲਿਸ਼ ਔਰ 30 ਅੰਕਾਂ ਦੀ ਥੋੜੀ ਪੰਜਾਬੀ ਔਰ 60 ਨੰਬਰ ਦੀ ਥੋੜੀ ਐਸਐਸਟੀ ਦਾ ਜੀਓ ਹਿਸਟਰੀਸ ਵਿੱਚ ਸਾਰਾ ਚੀਜ਼ਾਂ ਕਵਰ सीपी मनोविग्ञान बोलते हैं जिसमें इसकी कली सिर्फ इसकी ही तैयारी करना चाहते हो सिर्फ पांच सौ का कोर्स है और जिसे तीह अंक सारी थ्योरी एक एक टॉपिक विडियो लैक्चर मिलेगा ठीक है इस कोर्स भी सारे विडियो लैक्चर मिलने और इस कोर्स जो सैकोलॉजी का कोर्स है ना इस पंद्रह सौ एमस्यू एमसून भी सी डी पी मिले ठीक है so, सो के अपनी तैयारी ढंगेज कर सलो तो ज्यादा नीचे है अठानवे सत सतासी इती सत्तव उस नंबर से वटसअप या एस एम एस करके कॉल करके जानकारी ले सकते हो हम आप गल कर लें अपने लास्ट क्वेश्चन की लास्ट क्वेश्चन की है कि लिखित रचना लिखत रचना के अखरजुट विधि तो की भाव है हां लिखत रचना अखर जुट है ठीक है जुटी नहीं अखर जुट अखर जुट विधि तो की पाव है इतने लिख देने बहुत इंपॉर्टेंट है अखर जुट जुट विधि तो की पाव है अखर जुट विधि तो की पाव है यह रखना है पांच अखर के जुट बनाने एक जही बंतर वाले अखर जुट ਜਾ ਇਕੋ ਜਹੀ ਆਵਾਜ਼ ਵਾਲੇ ਅੱਖਰ ਜੁਟਿਓ ਅਪਰੋਕਤ ਸਾਰੇ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਕੀ ਹੋਏਗਾ ਇਹ ਹੋ ਗਿਆ ਇਹ ਹੋ ਗਿਆ ਦੇਖਣ ਨੂੰ ਸਾਰੇ ਆਨਸਰ ਲੱਗ ਰਿਹਾ ਪਰ ਇਸਦਾ ਰਾਈਟ ਆਨਸਰ ਹੋ ਗਿਆ ਇਕੋ ਜਹੀ ਬੰਤਰ ਵਾਲੇ ਅੱਖਰਾਂ ਦਾ ਜੁਟ ਬਣਾਉਣਾ ਠੀਕ ਹੈ ਇਕੋ ਜਹੀ ਬੰਤਰ ਮਤਲਬ ਇਕੋ ਜਹੀ ਬੰਤਰ ਵਾਲੇ ਅੱਖਰ ਕਿਵੇਂ ਸੁਣੋ ਜਿਵੇਂ ਆਪਾਂ ਕਹ ਲਈਏ ਕ ਕ ਰ ਰ ਕ ਕਰ ਮ ਮ ਰ ਰ ਮਰ ਠੀਕ ਹੈ ਚ ਚ ਰ ਰ ਚਰ ਇਸ ਤਰ੍ਹਾਂ ਤਾਂ ਇਹ ਇਕੋ ਜਹੀ ਬੰਤਰ ਹੋ ਗਈ ਨਾ ਇਹਦੀ ਬੰਤਰ ਇਕੋ ਹੋ ਗਈ ਨਾ ठीक है एक जी बंत्र वाले जे आप हम कर करो पाती है करो अलग चीज होगी ठीक है ये नहीं होंगे तो इको जी बंत्र वाले जिम्मे होर आप दे जिम्मे टैके तक पप्पा टप कदा कद ठीक है इस तरह इस तरह इस तरह आप बना सकते भी एको एक जि बंत्र वाले ठीक है तो राइट आंसर गया इसलिए बी आंसर होगा ठीक है जी ये अच्छा लैक्चर वाइट लगे तो लाइक करो शेयर करो दो बजे रैली रहे की जियो की क्लास दो बजे लाइव हों इस हिस्ट्री की क्लास भी जल्दी लाइव करा तो यही पैड़ागुजी डेली ऑफलाइन क्लास अपने चैनल से मिलती है चैनल में सबसक्राइब कर लो बेक बटन दब लो तो नंबर जरानते नीचे भी दिख रहा है अठानवे सत्त सतासी इकती सत्त इस नंबर पर वाट्सअप एस एम एस करके जॉल करके इनफो ले सो बाय बाय टेक केयर मिलेंगे नैक्ट किसी होर भीडियो